ਆਹ ਅਗਲੀ ਵਾਕਿੰਗ ਟ੍ਰੇਲ ਵੱਲ ਨੂੰ ਜਾ ਰਹੇ ਹਾਂ, ਨੀਚੇ ਜਾ ਸਕਦੇ ਹਾਂ ਇਹਦੇ ਨਾਲ ਆਪਾਂ ਪੂਰੀ। ਆਈਲੈਂਡ ਕਿੰਨੇ ਆ ਛੋਟੇ ਛੋਟੇ ਜਿਹੇ, ਕਿੰਨੇ ਸੋਹਣੇ ਲੱਗਦੇ ਆ ਨਾ ਸਾਹਮਣੇ। ਉਹ ਤਾਂ ਹੈ, ਉਹ ਦੇਖ ਛੱਲਾ ਛੱਲਾ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨਾ। ਆਹਾ ਹੀ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਹੈ ਇੱਥੇ ਦੀ, ਮੈਂ ਪੂਰਾ 24 ਘੰਟੇ ਵੀ ਇੱਥੇ ਮੈਂ ਬਹਿ ਕੇ ਆਪਦਾ ਟਾਈਮ ਸਪੈਂਡ ਕਰ ਸਕਦਾ ਮੈਂ। ਉਹੀ ਹੈ ਨਾ, ਰਿਲੈਕਸਿੰਗ ਪਲੇਸ ਹੈ ਪੂਰੀ ਮਾਇੰਡ, ਮਤਲਬ ਜਿਵੇਂ ਕਹਿੰਦੇ ਨੇ ਹੁੰਦੇ ਮਾਇੰਡ 'ਚੋਂ ਸਾਰੀ ਸਟ੍ਰੈਸ ਨਿਕਲ ਜਾਂਦੀ ਆ। ਆਹ ਦੇਖ ਉੱਪਰ ਕਿਵੇਂ ਛੋਟੇ ਛੋਟੇ ਟੁਕੜੇ ਪਏ ਆ ਉਹਦੇ ਪੱਥਰਾਂ ਦੇ, ਹੋਲ ਹੋਏ ਵਿੱਚ ਹੀ ਮਿੱਟੀ ਉੱਗੇ ਆ ਦੇਖ ਪੌਦੇ। ਆਦੇ ਜੇ ਬੰਦੇ ਨੂੰ ਕੁਛ ਹੋ ਜਾਵੇ ਤਾਂ ਐਮਰਜੈਂਸੀ, ਉਹ ਵੀ ਲਾਈਆਂ ਹੋਈਆਂ ਇੱਥੇ ਡੀਫੈਬਲੇਟਰ ਆਹ ਵਾਲੀਆਂ, ਇੱਥੇ ਮੈਡੀਕਲ ਕਿੱਟਾਂ ਜਿਵੇਂ ਕਹਿ ਦਿੰਦੇ ਆਪਾਂ ਇੰਡੀਆ 'ਚ। ਕਮੈਂਟ ਕਰਕੇ ਦੱਸੋ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਵਿਊ ਇਹ। ਅਤੇ ਜਿਹੜੇ ਵੀਰ ਭਰਾ ਨਵੇਂ ਆਏ ਨੇ ਚੈਨਲ 'ਤੇ, ਲਾਈਕ ਸਬਸਕ੍ਰਾਈਬ ਕਰੋ ਜ਼ਰੂਰ, ਲਾਈਕ ਸ਼ੇਅਰ ਸਬਸਕ੍ਰਾਈਬ। ਹਾਂ ਖੂਬਸੂਰਤੀ ਦੇਖ ਲੈ ਨੇਚਰ ਦੀ, ਹੈ ਨਾ। ਇਹ ਤਾਂ ਹੈ, ਹਾਂ ਕਿੰਨਾ ਸੋਹਣਾ, ਸਹੀ ਗੱਲ ਆ, ਬੰਦਾ ਆ ਜਾਵੇ ਇੱਥੇ ਟਾਈਮ ਸਪੈਂਡ ਕਰੇ ਵਧੀਆ। ਉਹੀ ਤਾਂ ਗੱਲ ਹੈ, ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਕਹਿ ਕੇ ਹਟਿਆ ਸੀਗਾ, ਹੁਣ ਇੱਥੇ ਜਿਵੇਂ ਆ ਰਹੇ, ਹੁਣ ਤੈਨੂੰ ਕੈਨੇਡਾ ਦੀ ਕੋਈ ਚਿੰਤਾ ਹੈਗੀ ਦੇਖ? ਉਹੀ ਤਾਂ ਗੱਲ ਆ ਨਾ, ਨਾ ਸਾਨੂੰ ਕੋਈ ਇੱਦਾਂ ਵੀ, ਹਾਂ ਵੀ ਪਿੱਛੇ ਆਪਾਂ ਕੋਈ ਕੰਮ 'ਤੇ ਜਾਣਾ ਜਾਂ ਕੁਛ ਨਹੀਂ, ਇੱਕ ਵਾਰ ਬੰਦਾ ਜਮਾਂ ਸਟ੍ਰੈਸ ਫਰੀ ਹੋ ਜਾਂਦਾ। ਮੈਨੂੰ ਲੱਗਦਾ ਵੀ ਕੱਢਣਾ ਚਾਹੀਦਾ ਮਹੀਨੇ ਕੁ ਬਾਅਦ ਬੰਦੇ ਨੂੰ, ਐਵੇਂ ਨਾ ਇੱਕ ਭਾਵੇਂ ਇੱਕ ਦਿਨ ਦਾ ਹੀ ਟ੍ਰਿਪ ਹੋਵੇ ਬੰਦਾ ਲੋਕਲ ਹੀ ਕੱਢ ਲਵੇ, ਐਵੇਂ ਜਿਵੇਂ ਬੀਚ ਬੂਚ 'ਤੇ ਜਾ ਕੇ ਬਹਿ ਗਿਆ ਬੰਦਾ, ਟਾਈਮ ਸਪੈਂਡ ਕਰਕੇ ਆ ਜੇ। ਹਾਂ ਵੇ ਕਹਿੰਦੇ ਨਹੀਂ ਹੁੰਦੇ ਵੀ ਨੇਚਰ ਨਾਲ ਗੱਲਾਂ ਕਰਕੇ ਆ ਗਿਆ ਬੰਦਾ, ਵੀ ਉਹ ਚੀਜ਼ ਹੋਣੀ ਚਾਹੀਦੀ ਆ। ਇੱਥੋਂ ਵੀ ਦੇਖ ਸੀਲਸ ਕਿੰਨੀਆਂ ਵਧੀਆ ਲੱਗ ਰਹੀਆਂ ਨਾ, ਸੁੱਤੀਆਂ ਪਈਆਂ ਨੇ, ਲੇਜ਼ੀ ਹੋਈਆਂ ਪਈਆਂ ਨੇ। ਆ ਵੀ ਬਹੁਤ ਵਧੀਆ ਬਣਾਇਆ ਹੋਇਆ ਸੀ, ਆਹ ਤਾਂ ਬਹੁਤ ਵਧੀਆ ਯਾਰ ਆਪਣੇ ਵਾਲੇ। ਮੰਨ ਲਓ ਹੁਣ ਜੇ ਕਿਤੇ ਬੀਚ 'ਤੇ, ਗੋਆ ਗਏ ਤੂੰ ਵੈਸੇ, ਗਿਆ ਕਿਤੇ ਇੰਡੀਆ ਬੀਚ 'ਤੇ? ਜਿਵੇਂ ਅਸੀਂ ਬੋਂਬੇ ਵਗੈਰਾ ਗਏ ਹਾਂਗੇ, ਉੱਥੇ ਤੈਨੂੰ ਮਤਲਬ ਇਹ ਹੁੰਦਾ ਵੀ ਯਾਰ ਕੀ ਹੈ ਇਹ, ਬਾਹਰ ਆ ਕੇ ਪਤਾ ਲੱਗਦੀਆਂ ਵੀ ਚੀਜ਼ਾਂ ਵੀ ਸਰਕਾਰਾਂ ਆਪਣੀਆਂ ਜਿਵੇਂ ਪੈਸੇ ਨਹੀਂ ਲਾਉਂਦੀਆਂ ਕਿਸੇ ਚੱਜ ਦੀਆਂ ਚੀਜ਼ਾਂ ਦੀਆਂ, ਫੈਸਿਲਿਟੀਜ਼ ਨਹੀਂ ਪ੍ਰੋਵਾਈਡ ਕਰਦੀਆਂ। ਇੱਧਰ ਦੇਖ ਤੂੰ ਕਿੰਨਾ ਸੋਹਣਾ ਵਿਊ ਹੈ, ਉਹ ਪਈ ਕਿੱਥੇ ਤਿਰਕੇ ਪਈ ਆ, ਉਹ ਇੱਕ ਵਿੱਚ ਤੈਰ ਵੀ, ਪਾਣੀ ਦੇਖ ਕਿੰਨਾ ਸਾਫ਼ ਹੈ ਨਾਲੇ। ਹਾਂ ਇੰਨੀ ਉੱਪਰ ਆ ਜਾਂਦੀਆਂ, ਆ ਜਾਂਦੀਆਂ, ਚੜ੍ਹੀ ਜਾਂਦੀਆਂ, ਕੱਟ ਦੇ ਕਿਵੇਂ ਕੱਟ ਵੱਜੇ ਹੋਏ ਪਾਣੀ ਨਾਲ ਹੀ ਪਏ ਹੋਏ ਆ। ਹੁਣ ਤੂੰ ਆਪ ਹੀ ਦੇਖ ਜਿਵੇਂ ਉਹ ਪੱਥਰ ਕੱਟਿਆ ਹੋਇਆ, ਉਹ ਵੀ ਆ ਸਾਰੇ ਐਵੇਂ ਕੱਟੇ ਹੋਏ ਆ। ਇੱਕ ਜਗ੍ਹਾ ਹੋਰ ਵੀ ਆ ਇੱਥੇ, ਕੱਲ੍ਹ ਨੂੰ ਆਪਾਂ ਚੱਲਾਂਗੇ, ਉੱਥੇ ਵੀ ਆਈ ਆ, ਮਤਲਬ ਮੈਂ ਉਹਦਾ ਬਲੌਗ ਵੀ ਬਣਾਇਆ ਹੋਇਆ ਪੂਰਾ, ਪਹਿਲਾਂ ਇੱਕ ਸ਼ਾਇਦ ਤਾਂ ਦੇਖਿਆ ਹੋਊਗਾ। ਇਹ ਕੋਲਡ ਬਲੱਡਡ ਐਨੀਮਲ ਹੈ, ਹਾਂ ਠੰਡ ਨਹੀਂ ਲੱਗਦੀ। ਸੋਹਣਾ ਵੀ ਆ,
ਮੈਂ ਤਾਂ ਪਾਣੀ ਦੇਖ ਦੇ ਕੇ ਐਂ ਆਈ ਜਾਂਦਾ ਵੀ ਯਾਰ ਇੱਥੇ ਹੀ ਬਸ ਬਹਿ ਜਾਵੇ ਬੰਦਾ ਨਾ। ਜਦੋਂ ਪਿਛਲੀ ਵਾਰ ਆਏ ਸੀ ਅਸੀਂ ਉੱਦਾਂ ਹੀ ਗੱਲਾਂ ਕਰ ਰਹੇ ਸੀਗੇ ਵੀ ਜੇ ਇੱਥੇ ਆਹ ਆਈਲੈਂਡ 'ਤੇ ਵੀ ਪੁਲ ਬਣਾਇਆ ਹੁੰਦਾ ਜੇ ਵੀ ਐਂ ਭਾਵੇਂ ਉੱਦਾਂ ਉੱਪਰੋਂ ਹਲਕਾ ਜਿਹਾ ਪੁਲ ਹੋਵੇ ਵੀ ਜਿਹ 'ਚ ਬੰਦਾ ਤੁਰ ਕੇ ਜਾ ਸਕੇ, ਇੱਕੋ ਹੀ ਬੰਦਾ ਐਵੇਂ ਵੀ ਲੈਣ ਹੋਵੇ ਪਤਲਾ ਜਿਹਾ ਵੀ ਬੰਦਾ ਤੁਰ ਕੇ ਜਾ ਸਕਦਾ ਹੋਵੇ ਪਰਲੇ ਆਈਲੈਂਡ 'ਤੇ, ਹੈਗਾ ਕਿ ਨਹੀਂ? ਮਤਲਬ ਉੱਦਾਂ ਇਨਵੈਸਟਮੈਂਟ ਤਾਂ ਚਲੋ ਹੈਗੀ ਆ, ਪਰ ਉੱਦਾਂ ਦੀ ਗੱਲ ਕਰੀਏ ਵੀ ਹੋਰ ਵਧੀਆ ਬਣ ਜੂਗਾ ਫਿਰ। ਪਰ ਫਿਰ ਇਹਨਾਂ ਨੂੰ ਕੋਈ ਐਕਟੀਵਿਟੀ ਬਣਾਉਣੀ ਪੈਣੀ ਉੱਧਰ ਵੀ ਜਿਵੇਂ ਐਵੇਂ ਫਿਰ ਜਸਟ ਉੱਦਾਂ ਜਾਣ ਲਈ ਫਿਰ ਤਾਂ ਨਹੀਂ ਵਰਥ ਇਟ ਹੈਗਾ। ਉਹ ਤਾਂ ਹੈ ਹਾਂ ਸਾਈਟ ਸੀਇੰਗ ਤਾਂ ਫਿਰ ਆਹੀ ਆ ਜਿਹੜਾ ਆਹੀ ਆ ਫਿਰ ਕਿੰਨੀ ਜਨਤਾ ਆਉਂਦੀ ਆ ਨਾ ਦੇਖਣ। ਸੁੱਤੀਆਂ ਪਈਆਂ, ਲੇਜ਼ੀ ਹੋ ਰਹੀਆਂ ਨੇ। ਉਹ ਵੇਖੀ ਉੱਧਰ ਪਾਣੀ ਜਾਂਦਾ, ਨਾਲੇ ਪਾਣੀ ਲੱਗਦਾ ਉਹਨਾਂ ਨੂੰ ਸੀਲਾਂ ਨੂੰ। ਉਹ ਦੇਖੋ ਉਹ ਨਿਕਲ ਕੇ ਕਿਵੇਂ ਜਾ ਰਹੀ ਆ, ਉਹ ਦੇਖ। ਆਹੋ ਹਾਂ, ਆਹ ਵੇਖੋ ਆਹ ਸੀਲ ਪਈ ਆ ਇੱਥੇ, ਦਿਖਦੀ ਹੋਣੀ ਤੁਹਾਨੂੰ। ਉਹ ਉੱਤੇ ਵੀ ਦੇਖੋ ਉਹ ਕਿਵੇਂ ਉੱਥੋਂ ਚੜ੍ਹੀ ਸੀ ਹੁਣ ਇੱਕ ਇੱਕ। ਇੱਥੇ ਨਹੀਂ ਹਵਾ ਲੱਗਦੀ ਨਾ। ਆਹ ਦੇਖੀ ਆ ਬੱਚੇ ਜੇ ਕਿਵੇਂ ਪਏ ਆ ਯਾਰ, ਸੀਲ ਦੇ ਬੱਚੇ। ਆਹ ਹੈਗਾ ਜੀ ਸਭ ਤੋਂ ਸ਼ਾਨਦਾਰ ਵਿਊ ਦੇਖੋ। ਇਹਦੇ ਉੱਤੋਂ ਦੀ ਲੰਘ ਕੇ ਆਇਆਂਗੇ, ਨਾਲੇ ਤੁਸੀਂ ਦੇਖੋ ਵੀ ਕਿਵੇਂ ਬਣਿਆ ਹੋਊਗਾ ਇਹ ਛੱਲਾਂ ਛੁੱਲਾਂ ਨਾਲ, ਮਤਲਬ ਕਿੰਨੀਆਂ ਸਦੀਆਂ 'ਚ। ਇਹ ਤਾਂ ਨੈਕਸਟ ਲੈਵਲ ਹੈ ਨਾ। ਇਹ ਨਹੀਂ ਐਕਸਪੈਕਟ ਕੀਤਾ ਸੀਗਾ, ਮਤਲਬ ਇਹਦੇ ਉੱਤੋਂ ਦੀ ਲੰਘ ਕੇ ਆਇਆਂਗੇ ਆਪਾਂ ਕਿਵੇਂ ਬਣਿਆ ਹੋਊਗਾ ਦੇਖ ਕਿੰਨੇ ਸਾਲਾਂ 'ਚ, ਕਿ ਨਹੀਂ? ਉਹ ਦੇ ਨਿਊਜ਼ੀਲੈਂਡ ਫਰ ਸੀਲ ਬਰੀਡਿੰਗ ਏਰੀਆ ਲਿਖਿਆ ਉੱਥੇ, ਬਹੁਤ ਸੋਹਣਾ ਫੋਟੋ ਬਣਦੀ ਉੱਥੇ। ਇਹ ਹੈਗਾ ਜੀ ਆਹ ਦੇਖੋ ਡਾਇਨਾਮਿਕ ਪੁਆਇੰਟ ਹੈ ਇਹ।
ਮਤਲਬ ਲੈਂਡ ਅਤੇ ਸੀ ਨੂੰ ਜਿਹੜਾ ਜੋੜਦਾ ਤੁਸੀਂ ਕਹਿ ਸਕਦੇ ਹੋ। ਸਾਡੇ ਕੈਨੇਡਾ ਵਾਲੇ ਮੁੰਡੇ ਨੂੰ ਜਗ੍ਹਾ ਬਹੁਤ ਸੋਹਣੀ ਲੱਗੀ ਇਹ। ਦੇਖੋ ਕਿਵੇਂ ਜਨਤਾ ਇੱਥੇ ਫੋਟੋਆਂ ਕਰਾਉਣ ਆ ਰਹੀ ਹੈ। ਤੁਸੀਂ ਸੈਟਅਪ ਦੇਖੋ ਕਿੰਨਾ ਸੋਹਣਾ ਬਣਾਇਆ ਨਾ ਇਹ ਸਰਕਾਰ ਨੇ, ਨਾਲੇ ਕੋਈ ਟਿਕਟ ਨਹੀਂ, ਫਿਰ ਵੀ ਇਹਨਾਂ ਨੇ ਇਨਵੈਸਟਮੈਂਟ ਕੀਤੀ ਹੋਈ ਆ। ਆਪਣੇ ਹੁੰਦਾ ਆਪਣੇ ਇੱਥੇ ਲੋਕਾਂ ਨੇ ਪਾਰਕਿੰਗਾਂ ਖੋਲ੍ਹ ਲੈਣੀਆਂ ਹੋਣੀਆਂ ਸੀਗੀਆਂ, 50-50 ਰੁਪਈਏ ਪਾਰਕਿੰਗ ਦੇ ਰੱਖੇ ਹੋਣੇ ਸੀਗੇ, ਅਤੇ ਇਹਦੀ ਅੱਡ ਟਿਕਟ ਲਾਈ ਹੋਣੀ ਸੀ 500 ਰੁਪਈਆ। ਆਹੀ ਚੀਜ਼ਾਂ ਫਰਕ ਕਰਦੀਆਂ ਨੇ ਇੰਡੀਆ ਅਤੇ ਕਿਸੇ ਫੋਰਨ ਕੰਟਰੀ ਦੇ ਵਿੱਚ। ਸ਼ਾਨਦਾਰ ਹੈ ਕੰਮ। ਜੇ ਇੱਕ ਸਟੈਪ ਹੋਰ ਲੈ ਕੇ ਜਾਣਾ ਚਾਹੀਦਾ ਸੀ ਇਹਨਾਂ ਨੂੰ ਥੱਲੇ ਨਾ, ਇੱਧਰ ਨੂੰ ਵੀ। ਉੱਧਰ ਤਾਂ ਚਲ ਬਹੁਤ ਥੱਲੇ ਲੈ ਕੇ ਜਾ ਚੁੱਕੇ ਆ ਵੈਸੇ ਆਲਰੇਡੀ। ਹਾਂ ਇੱਧਰ ਨੂੰ ਥੱਲੇ ਨੂੰ ਹੋਰ ਚਾਹੀਦੀਆਂ ਸੀਗੀਆਂ, ਹਾਂ ਵੀ ਉੱਥੇ ਕੁ ਤੱਕ ਲੈ। ਪਰ ਇਹ ਮੈਨੂੰ ਲੱਗਦਾ ਤਾਂ ਨਹੀਂ ਲੈ ਕੇ ਗਏ ਹੋਣਗੇ ਕਿਉਂਕਿ ਸੀਲਾਂ ਇੱਥੇ ਤੱਕ ਤਾਂ ਆ ਹੀ ਰਹੀਆਂ ਨੇ। ਗੱਡੀ ਉੱਪਰ ਤੱਕ ਇੰਨਾ ਹੀ ਕਿੱਦਾਂ, ਇਹਨਾਂ ਦਾ ਕਿਹੜਾ ਪੂਰੇ ਪ੍ਰੋਪਰ ਪੰਜਾ ਹੁੰਦਾ। ਹਾਂ ਉਹ ਨੇ, ਇਹ ਤਾਂ ਹੈ। ਹੈ ਜਦੋਂ ਠੰਡ ਲੱਗਦੀ ਉਹ ਦੇਖ ਪ੍ਰੋਪਰ ਪੂਲ ਜਿਹਾ ਬਣਿਆ ਹੋਇਆ ਉਹ ਆ, ਉਹ ਵਾਲਾ ਹੈ ਨਾ, ਇਹਨਾਂ ਦੇਖ ਲੈ ਕੁਦਰਤੀ ਚੀਜ਼ਾਂ ਹੈ ਨਾ। ਹਾਂ ਉਹ ਅੱਧੀਆਂ ਉਹ 'ਚ ਆ ਕੇ ਨਾ ਨਾ ਕੇ ਨਾਲੇ ਫਰੈਸ਼ ਪਾਣੀ ਹਰ ਵਾਰ ਛੱਲ 'ਚ ਮੱਛੀਆਂ ਫੜ ਫੜ ਖਾਈ ਜਾਂਦੀਆਂ ਨੇ, ਪਰ ਇਹਨਾਂ ਨੂੰ ਵੀ ਵੱਡੀਆਂ ਮੱਛੀਆਂ ਆ ਕੇ ਖਾ ਜਾਂਦੀਆਂ। ਹਾਂ ਉਹ ਤਾਂ ਹੈ। ਜਾਂ ਉਦਾਂ ਹੀ ਕਿਸੇ ਪੱਥਰ ਪੱਥਰ 'ਚ ਵੱਜ ਕੇ ਮਰ। ਜ਼ਹਿਰੀਲੀਆਂ ਹੁੰਦੀਆਂ ਪਤਾ ਇਹ, ਜ਼ਹਿਰੀਲੀਆਂ ਹੁੰਦੀਆਂ ਵੀ ਖਾ ਨਹੀਂ ਸਕਦੇ ਉਹਨਾਂ ਨੂੰ। ਨਹੀਂ ਉੱਦਾਂ ਜ਼ਹਿਰੀਲੀਆਂ ਹੁੰਦੀਆਂ ਇਹ ਵੀ ਦੰਦ ਜਿਹੜੇ ਵੱਡੇ ਪਤਾ ਨਹੀਂ, ਇਹ ਮੈਂ ਸੁਣਿਆ ਜਿਹੜੇ ਇੱਥੇ ਦੱਸਦੇ ਆ ਬੰਦੇ ਵੀ ਸੀਲਾਂ ਉਹ ਹੁੰਦੀਆਂ ਨੇ, ਪੋਇਜ਼ਨਸ ਹੁੰਦੀਆਂ ਨੇ। ਪਰ ਇਹਦੇ ਦੰਦ ਪਤਾ ਐਡੇ ਹੁੰਦੇ ਆ, ਜੇ ਕੋਈ ਉਹ ਕਰ ਲੈ ਬਾਈਟ ਮਾਰ ਦਿੰਦੀ ਆ। ਹਾਰਡ ਹੋ ਗਈ। ਚੱਲੀਏ ਦੇਖ ਲੈ, ਉਹ ਉੱਥੋਂ ਆਇਆਂਗੇ ਆਪਾਂ ਉਹ ਪੱਥਰਾਂ ਤੋਂ। ਇੱਦਾਂ ਦਾ ਨਾ ਉੱਥੇ ਤਾਂ ਲਾ ਸਕਦੇ ਨੇ ਜੋ ਪੂਰੀ ਜਿਵੇਂ ਉਹ ਹੈ ਨਾ ਪੂਰਾ ਰੌਕ ਹੈ, ਪੂਰੇ ਰੌਕ ਦੇ ਵਿੱਚ ਹੀ ਹੋਲ ਹੋਵੇ। ਆਹੋ ਇੱਕ ਸਾਈਡ ਤੋਂ ਲੈ ਕੇ ਦੂਜੇ ਸਾਈਡ ਤੱਕ ਹੋਲ ਹੀ ਨਿਕਲਿਆ ਹੋਵੇ। ਧੁੱਪ ਬਹੁਤ ਹੋ ਗਈ ਯਾਰ, ਅੱਖਾਂ ਨਹੀਂ ਖੁੱਲ੍ਹਦੀਆਂ।
ਹੁਣ ਨਹੀਂ ਇੰਨੀ ਠੰਡ ਲੱਗ ਰਹੀ ਨਾ, ਕਿਉਂਕਿ ਹੁਣ ਜ਼ਿਆਦਾ ਧੁੱਪ ਕਰਕੇ ਲੱਗਦਾ, 14-15 ਡਿਗਰੀ ਹੋ ਗਿਆ ਹੁਣ ਤਾਂ। ਹਾਂ ਹਾਂ ਨੀਚੋ ਕੁਛ ਐਵੇਂ ਜਿਹਾ ਦਿਖਦਾ ਸਾਰਾ ਵਾਕਿੰਗ ਟ੍ਰੇਲ, ਅਤੇ ਲਾਈਟ ਹਾਊਸ ਦਾ ਤੁਹਾਨੂੰ ਟੌਪ ਵੀ ਦਿਖਦਾ ਹੋਣਾ ਉੱਥੋਂ। ਇਹ ਸੀਗਾ ਲਾਸਟ ਸਪੋਟ ਕੈਂਗਰੂ ਆਈਲੈਂਡ ਦਾ, ਜਿਹੜਾ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਫਿਨਾਲੇ, ਇਹ ਉਹ ਪੁਆਇੰਟ ਸੀਗਾ। ਇਹ ਤੋਂ ਉੱਤੇ ਹੁਣ ਕੁਛ ਨਹੀਂ ਬਚਿਆ ਦੇਖਣ ਨੂੰ। ਟਾਈਮ ਹੋ ਗਿਆ ਆਪਣੇ ਕੋਲ ਇਸ ਟਾਈਮ ਕਿੰਨਾ ਹੋ ਗਿਆ, 4:30 ਹੋ ਗਏ ਹੋਣੇ ਨਾ, 4 ਵੱਜ ਗਏ। ਫੈਰੀ ਹੈਗੀ ਸਾਡੀ 7:30 ਵਜੇ, ਸਾਂ ਜਿਹਾ ਚੜ੍ਹੀ ਜਾਂਦਾ ਹੁਣ ਇੱਥੇ। ਹਾਂ 7:30 ਫੈਰੀ ਆ, 1.5 ਘੰਟੇ ਦੀ ਡਰਾਈਵ ਹੈ ਸਾਡੀ ਹਲੇ ਇੱਥੋਂ ਫੈਰੀ ਤੱਕ ਦੀ ਪੈਨਿਸ਼ਾ ਦੀ। ਅਤੇ ਫੈਰੀ ਦਾ ਟਰੈਵਲ ਵੀ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਸ਼ਾਮ ਦਾ, ਫਿਰ ਕਿਉਂਕਿ ਹਨੇਰਾ ਹੋ ਜਾਣਾ ਉਦੋਂ ਤੱਕ। ਪਰ ਕੋਈ ਨਹੀਂ, ਕਦੇ ਫਿਰ ਕਦੇ ਮੌਕਾ ਮਿਲੂਗਾ ਤਾਂ ਉਦੋਂ ਬਣਾਵਾਂਗੇ। ਹੁਣ ਆਪਾਂ ਜਾਵਾਂਗੇ ਜੀ ਉਹ ਲਾਈਟ ਹਾਊਸ, ਅਤੇ ਦਿਖਾਵਾਂਗੇ ਤੁਹਾਨੂੰ ਕਿੰਨਾ ਪੁਰਾਣਾ ਅਤੇ ਕੀ ਕੁਛ ਆ ਉਹਦੇ ਅੰਦਰ। ਅੰਦਰ ਨਹੀਂ ਮਿਲਦਾ ਜਾਣ ਦੇ ਸਾਨੂੰ, ਕਿਉਂਕਿ ਲਾਸਟ ਟਾਈਮ ਜਦੋਂ ਮੈਂ ਸੀਗਾ ਉਦੋਂ ਤਾਂ ਲੋਕ ਸੀਗਾ, ਹੁਣ ਵੀ ਲੋਕ ਹੀ ਹੋਊਗਾ ਮੈਨੂੰ ਲੱਗਦਾ। ਬਾਕੀ ਕੋਲ ਜਾ ਕੇ ਦੇਖਾਂਗੇ। ਇਹ ਪੁਰਾਣੇ ਟਾਈਮਾਂ 'ਚ ਸਿਕਿਉਰਿਟੀ ਵਜੋਂ ਵਰਤਿਆ ਜਾਂਦਾ ਸੀਗਾ, ਜਿਵੇਂ ਇੱਥੇ ਉੱਤੇ ਸਟਾਫ ਰਹਿੰਦਾ ਸੀਗਾ ਵੀ ਕੋਈ ਵੀ ਦੂਰੋਂ ਕੋਈ ਸ਼ਿਪ ਆਉਂਦੀ ਹੈ, ਕੋਈ ਅਬੈਂਡਨਡ ਸ਼ਿਪ ਲਾ ਲਓ ਜਾਂ ਕੋਈ ਖਤਰੇ ਵਾਲੀ ਸ਼ਿਪ ਲਾ ਲਓ, ਤਾਂ ਦੂਰੋਂ ਸਾਈਨ ਕਰ ਦਿੰਦੇ ਸੀਗੇ ਅਤੇ ਵੀ ਅੱਗੇ ਖਤਰਾ ਹੈ। ਇਹ ਆ ਗਏ ਜੀ ਆਪਾਂ ਹੁਣ ਲਾਈਟ ਹਾਊਸ, ਅਤੇ ਕਮਾਲ ਦੀ ਗੱਲ ਤਾਂ ਇਹ ਹੈ ਵੀ ਵਾਸ਼ਰੂਮ ਵੀ ਬਣਾਏ ਹੋਏ ਆ ਇੱਥੇ। ਕਿੰਨੀ ਪੁਰਾਣੀ ਫੋਟੋ ਹੈ ਨਾ, ਸਨ ਨਹੀਂ ਲਿਖਿਆ ਉੱਥੇ ਵੀ ਕਿਹੜੇ ਈਅਰ ਦੀ ਹੋਣੀ ਇਹ, ਇੱਥੇ 1910 ਆ। ਹਾਂ ਅੱਛਾ, ਅਸੀਂ 1910 ਦੀ। ਹਾਂ ਹਾਂ ਕੈਂਗਰੂ, ਕੈਂਗਰੂ ਬੱਚਾ ਇੱਧਰ ਕਿੱਥੇ ਆ, ਉਹ ਅਸੀਂ ਦੇਖੋ ਕੈਂਗਰੂ ਦਾ ਬੱਚਾ। ਇਹ ਬੰਦ ਆ ਜੀ, ਇਹ ਤਾਂ ਲਾਈਟ ਹਾਊਸ ਇਹ ਪਤਾ ਨਹੀਂ ਕੀ ਹੋਣਾ ਪੁਰਾਣੇ ਟਾਈਮਾਂ ਦਾ, ਆਪਾਂ ਨੂੰ ਨਾ ਲਿਖਿਆ ਹੋਇਆ ਇੱਥੇ ਵੀ ਕੁਛ।
ਆ ਦਰਵਾਜ਼ੇ ਦੇ ਉੱਤੇ ਲਿਖਿਆ ਹੋਇਆ ਇਹਦਾ ਸੰਨ ਵੀ ਕਿਹੜੇ ਸੰਨ 'ਚ ਬਣਿਆ ਸੀਗਾ, 1909 ਦੇ ਵਿੱਚ। ਆਹ ਦੇਖੋ, ਚਾਰਲਸ ਲੂਇਸ ਕੁਡਿਕ ਨੇ ਬਣਾਇਆ ਸੀਗਾ ਇਹ 1740 ਤੋਂ ਲੈ ਕੇ 1780 ਦੇ ਵਿਚਕਾਰ ਲੱਭਿਆ ਗਿਆ, ਅਤੇ ਕੰਸਟਰਕਸ਼ਨ ਸ਼ੁਰੂ ਹੋਈ 1907 ਦੇ ਵਿੱਚ, 1909 'ਚ ਖਤਮ ਹੋ ਗਿਆ। ਇਹ ਹੁਣ ਸੋਲਰ ਪਾਵਰ ਨਾਲ ਚੱਲਦੀ ਹੈ ਲਾਈਟ ਇਹਦੀ। ਆਹ ਵੇਖੋ ਦਿਖਾਇਆ ਹੋਇਆ ਇੱਥੇ ਪੁਰਾਣੀ ਫੋਟੋ 1897 ਦੀ, ਬਿਸ਼ਪ ਡਨਕੋ ਕੇਪ ਡੂਕੋਡਿਕ ਜਿਹੜਾ ਆਇਆ ਸੀ ਉਹਨੇ, ਉਹ ਇੱਦਾਂ ਆਇਆ ਸੀਗਾ, ਫਿਰ ਉਹਨੇ ਇੱਥੇ ਇਹਦੀ ਖੋਜ ਕਰੀ ਸੀਗੀ ਇਸ ਪਲੇਸ ਦੀ, ਅਤੇ ਫਿਰ ਇਹਦੀ ਕੰਸਟਰਕਸ਼ਨ ਸ਼ੁਰੂ ਹੋਈ। ਇਹਦੇ ਵਿੱਚ ਹੀ ਬੰਦੇ ਰਹਿੰਦੇ ਹੁੰਦੇ ਸੀ ਪੁਰਾਣੇ ਟਾਈਮਾਂ 'ਚ ਨਾ, ਉਹ ਜਿੱਥੇ ਆਪਾਂ ਕਰਕੇ ਆਏ ਹਾਂ ਨੀਚੇ ਟ੍ਰੇਲ ਵੋਕ, ਤੁਸੀਂ ਇੱਥੋਂ ਵੀ ਜਾ ਸਕਦੇ ਹੋ ਕਿਉਂਕਿ ਰਸਤਾ ਬਣਾਇਆ ਹੋਇਆ ਇਹਨਾਂ ਨੇ ਆਹ ਵਾਲਾ, ਆਹ ਸਾਰਾ ਰਸਤਾ ਜਾਂਦਾ ਉੱਧਰ ਨੂੰ ਨੀਚੇ ਨੂੰ। ਗੱਡੀ ਕਰਤੀ ਜੀ ਆਪਾਂ ਪਾਰਕ ਇੱਥੇ, ਅਤੇ ਚੱਲਦੇ ਹਾਂ ਆਪਾਂ ਉੱਪਰ ਹੁਣ, ਆਲਰੇਡੀ ਉਹ ਉੱਪਰ ਵੇਟ ਕਰ ਰਹੇ ਨੇ ਆਪਣਾ। ਆਪਾਂ ਨੂੰ ਪਹਿਲਾਂ ਕੱਢਣਾ ਚਾਹੀਦਾ ਸੀ, ਆਪਾਂ ਕਿਵੇਂ ਨਿਕਲਾਂਗੇ ਪਹਿਲਾਂ ਮਿਡਲ ਵਾਲੇ। ਉਹ ਦੇਖ ਉਹ ਪਹਿਲਾਂ ਆਨਲਾਈਨ
ਜਾਣੇ ਨਿਕਲ ਗਈਆਂ ਫਿਰ ਉਹ ਤੋਂ ਬਾਅਦ ਫਿਰ ਉਹ ਜਾਣਗੀਆਂ ਐਂ ਐਂ ਲੈਣ ਵਾਰ ਨਿਕਲ ਜਾਣਗੇ ਗੱਡੀਆਂ ਦੀ ਇਗਨੀਸ਼ਨ ਕਰਕੇ ਸਫੋਕੇਸ਼ਨ ਜੀ ਹੋ ਗਿਆ ਸਫੋਕੇਸ਼ਨ ਹੋ ਗਿਆ ਉੱਪਰੋਂ ਬੰਦ ਵੀ ਹੈ ਨਾ ਪਹਿਲਾਂ ਖੋਲ੍ਹਾ ਹੁੰਦਾ ਸੀ ਓਪਨ ਹੁੰਦਾ ਸੀ ਪਹਿਲਾਂ ਉੱਧਰੋਂ ਗੱਡੀਆਂ ਵਾੜਨ ਲੱਗ ਗਏ ਮੈਨੂੰ ਇੰਨੀ ਜਲਦੀ ਆਵੇਗੀ ਉਹ ਪਹਿਲੀ ਉਹ ਹੀ ਲਿਆ ਬੜੀ ਜਲਦੀ mm-hmm.